ਮੇਰੇ ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ ਜਾਗ ਤਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ ਪੁਰਮ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹੋਇਆ ਮਾਂ ਅੱਜ ਦੀ ਗੱਲ ਅੱਜ ਦੀ ਗੱਲ ਜਿਹੜੀ ਏ ਉਹ ਮੈਂ ਬੜੇ ਗੌਰ ਨਾਲ ਹੋਸ਼ ਨਾਲ ਸ਼ੁਰੂ ਕਰਨ ਲੱਗਾ ਵਾਂ ਕਿਉਂ ਕਿਉਂਕਿ ਮੈਂ ਆਪਣੀ तमाम ਮੁਸੀ ਕੌਮ ਨੂੰ ਕਹਿਣ ਲੱਗਾ ਤੁਹਾਡੇ ਨਾਲ ਹੱਥ ਹੋ ਗਿਆ ਫੇਰ ਹੱਥ ਹੋ ਗਿਆ ਜੀ ਕਿਉਂ ਕਿ ਸਾਨਿਹਾ ਜੜਾ ਵਾਲਾ ਦੇ ਜਿਹੜੇ ਮੁਲਜ਼ਮ ਸਨ ਉਹਨਾਂ ਨੂੰ ਛੱਡ ਦਿੱਤਾ ਗਿਆ ਮੈਂ ਤੁਹਾਨੂੰ ਕੱਲ ਆਪਣੇ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਹੁਣ ਹੌਲੀ ਹੌਲੀ ਉਹਨਾਂ तमाम ਮੁਲਜ਼ਮਾਂ ਨੂੰ ਛੱਡ ਦਿੱਤਾ ਜਾਏਗਾ ਜੀ ਤੇ ਅੱਜ ਇਸ ਗੱਲ ਨੂੰ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਉਹ ਮੇਰੀ ਗੱਲ ਸੱਚੀ ਸਾਬਤ ਹੋ ਗਈ ਜੀ कि वाला दे मुलजम जड़े ने उन्होंने छड़ दिता गया जी मैं इन्ह सवाल अज मैं खास तौर पर अपने तमाम मजहबी रहनुमा के अगर आना सियासी रहनुमा खास तौर पर गिलों के नस्लिम मजहबी रहनुमा के अगे ਅਸੀਂ ਤੁਹਾਡੇ ਸਾਰੇ ਬਿਆਨ ਵੇਖੇ ਜਿਨ੍ਹਾਂ ਦੇ ਵਿੱਚ ਮਸੀਹੀ ਮਸਬੀ ਰਹਿਨਮਾਵਾ ਨੇ ਬਾਈਬਲ ਮੁਕੱਦਸ ਹੱਥ ਫੜ ਕੇ ਕਿਹਾ ਤੇ ਮੇਰੇ ਮੁਸਲਮ ਮਸਬੀ ਰਹਿਨਮਾਵਾ ਨੇ ਕੁਰਾਨ ਪਾਕ ਨੂੰ ਹੱਥ ਫੜ ਕੇ ਆਖਿਆ ਸੀ ਅਸੀਂ ਇਹ ਨਾ ਮਲਜ਼ਮਾਂ ਦਾ ਜਿਨ੍ਹਾਂ ਨੇ ਇਹ ਜ਼ੁਲਮ ਕੀਤਾ ਹੈ ਸਲੀਪੇ ਪਾਕ ਦੀ ਮਹਰਮਤ ਕੀਤੀ ਸੀ ਚਰਚਾ ਦੀ ਤੋੜ-ਫੋੜ ਬਾਈਬਲ ਮੁਕੱਦਸ ਜਲਾ ਦਿੱਤਾ ਗਿਆ ਘਰਾਂ ਨੂੰ ਲੁੱਟ ਲਿਆ ਸਾੜ ਦਿੱਤਾ ਗਿਆ ਉਹਨਾਂ ਮੁਜਰਮਾਂ ਨੂੰ ਕੈਫਰੇ ਕਰਦਾਰ ਤੱਕ ਪਹੁੰਚਾਉਣ ਦਾ ਜ਼ਿਮਾ ਤੁਸੀਂ ਲਿਆ ਸੀ ਲੇਕਿਨ ਅੱਜ ਮੈਂ ਪੁੱਛਣਾ ਚਾਹਨਾ ਉਹ तमाम ਮਜ਼ਬੀ ਰਹਿਨਮਾ ਕਿੱਥੇ ਟੁਰ ਗਏ ਨੇ ਜਿਨ੍ਹਾਂ ਨੇ ਇਹ ਗੱਲਾਂ ਕਹੀਆਂ ਸਨ ਕਿ ਆਸੀਂ ਉਹਨਾਂ ਦਾ ਪਿੱਛਾ ਕਰਾਂਗੇ ਤੇ ਉਹਨਾਂ ਨੂੰ ਕੈਫਰੇ ਕਿਰਦਾਰ ਤੱਕ ਪਹੁੰਚਾਵਾਂਗੇ ਕੈਫਰੇ ਕਿਰਦਾਰ ਤੱਕ ਪਹੁੰਚਾਣਾ ਤਾਂ ਬੜੀ ਦੂਰ ਦੀ ਗੱਲ ਏ ਉਹ ਕਿਰਦਾਰ ਹੀ ਨਜ਼ਰ ਨਹੀਂ ਆਉਂਦਾ ਪਿਆ ਜਿਹੜਾ ਕਿਰਦਾਰ ਤੁਸੀਂ ਅਦਾ ਕਰਨ ਦਾ ਜ਼ਿੰਮਾ ਲਿਆ ਸੀ ਮੈਂ ਉਸ ਕਿਰਦਾਰ ਨੂੰ ਕਿੱਥੋਂ ਲੱਭਾਂ ਅੱਜ ਮੈਂ ਪਰੇਸ਼ਾਨ ਆ ਯਾਨੀ ਮੇਰੀ ਮਸੀਹ ਕੌਮ ਪਰੇਸ਼ਾਨ ਏ ਖوف ਤੇ ਦਸ਼ਤ ਦਾ ਵਿਸ਼ਕਾਰ ਹੋ ਰਹੀ ਏ ਕਿ ਜਦੋਂ ਵੀ ਸਾਡੇ ਨਾਲ ਕੋਈ ਐਸਾ ਸਾਨਿਆ ਆਉਂਦਾ ਹੈ ਮਜ਼ਮਤੀ ਬਿਆਨ ਤਸੱਲੀਆਂ ਉਸਾਰੀਆਂ ਇਕੱਠੀਆਂ ਹੋ ਕੇ ਸਾਹਮਣੇ-ਸਾਹਮਣੇ ਆ ਜਾਂਦੀਆਂ ਨੇ ਤੇ ਹੱਲ ਕੱਖ ਵੀ ਨਹੀਂ ਲੱਭਦਾ ਜਿਵੇਂ ਸਾਦੂ ਸਾਨੂੰ ਫੇਰ ਹੋਣ ਦੇ ਲੱਭਦਾ ਪਿਆ ਕੀ ਮਜ਼ਬੀ ਰਾਨ ਮਾਵਾਂ ਦੇ ਉਤੇ ਇਤਮਾਦ ਕਰਕੇ ਅਸੀਂ ਕਿੰਨੀ ਕੁ ਦੇਰ ਤੱਕ ਇਹ ਗੱਲਾਂ ਬਰਦਾਸ਼ਤ ਕਰਾਂਗੇ ਸਾਡੀ ਬਰਦਾਸ਼ਤ ਦੀ ਹੱਦ ਖਤਮ ਹੁੰਦੀ ਜਾਂਦੀ ਪਈ ਜੇ ਮੈਂ ਮਜ਼ਬੂਰਾਂ ਨਮਾਵਾ ਦੇ ਨਾਲ ਹਕੂਮਤੀ ਮਸ਼ੀਨਰੀ ਨੂੰ ਵੀ ਸਵਾਲ ਕਰਨਾ ਪਿਆਵਾ ਅੱਜ ਜੀਏਟੀ ਕਿੱਥੇ ਟੁਰ ਗਈ ਹੈ ਕਿਉਂ ਕਿ ਜਿਹੜੇ ਮਲਜ਼ਮ ਤੁਸੀਂ ਛੱਡੇ ਬਗੈਰ ਸ਼ਨਾਖਤ ਪੜੇਡ ਦੇ ਕੋਈ ਉਹਨਾਂ ਦੀ ਸ਼ਨਾਖਤ ਨਹੀਂ ਕੀਤੀ ਗਈ ਨਾ ਕਿਸੇ ਕੋਲੋਂ ਪੁੱਛਿਆ ਗਿਆ ਕਭੀ ਕਿਉਂ ਦੱਸੋ ਵੀ ਇਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਅਸਾਂ ਫੜਿਆ ਹੈ ਜਾਂ ਜਿਨ੍ਹਾਂ ਨੂੰ ਅਸੀਂ ਛੱਡਣ ਲੱਗੇ ਆਂ ਅਦਾਲਤ ਦੇ ਵਿੱਚ ਕਿਸੇ ਨੂੰ ਬੁਲਾ ਕੇ ਪੁੱਛਿਆ ਤੁਸੀਂ ਬਗੜ ਪੁੱਛਿਓ ਦੱਸਿਓ ਤੁਸੀਂ ਉਹਨਾਂ ਨੂੰ ਛੱਡ ਵੀ ਦਿੱਤਾ ਹੈ ਇਹਨੂੰ ਇਨਸਾਫ ਦੇ ਕਿਹੜੇ ਤਕਾਜ਼ੇ ਚ ਲਿ ਹੋਗੇ ਤਾਰੀਖ ਇਹਨੂੰ ਕਿਹੜੇ ਖਾਤੇ ਚ ਲਿਹੇਗੀ ਮੈਂ ਪਹਿਲਾਂ ਵੀ ਆਖਿਆ ਪਹਿਨੇ ਕੇਸ ਖੁੱਡੇ ਲੈਣ ਐਨੀਕੇ ਖੁੱਡੇ ਲੈ ਲੰਦਾ ਦਿੱਤਾ ਜੀ ਅਸੀਂ ਕੀ ਕਰੀਏ ਕੀ ਸਾਡੇ ਨਾਲ ਪਾਕਿਸਤਾਨ ਚੰਗੀ ਹੁੰਦਾ ਰਹੇਗਾ ਹਰ ਦਫਾ ਅਸੀਂ ਸੀਐਫ ਆਪਣੀਆਂ ਅੱਖਾਂ ਖੋਲ ਕੇ ਤੇ ਇੰਤਜ਼ਾਰ ਕਰਨੇ ਇਨਸਾਫ ਦਾ ਤੇ ਇਨਸਾਫ ਸਾਡੇ ਸਾਹਮਣੇ ਚੀਖਦਾ ਚੀਖਤਾ ਸਾਡੇ ਸਾਹਮਣੇ ਚੁੱਪ ਹੋ ਜਾਂਦਾ ਅਸੀਂ ਕਿਹੜੇ ਦਰਵਾਜ਼ੇ ਤੇ ਜਾ ਕੇ ਕਹੀਏ ਕਿ ਸਾਨੂੰ ਇਨਸਾਫ ਮਿਲ ਜਾਏਗਾ ਕਿਉਂਕਿ ਇਨਸਾਫ ਸਾਡੇ ਦਰਵਾਜ਼ੇ ਤੇ ਆਣ ਕੇ ਉਹ ਖਤਮ ਹੋ ਜਾਂਦਾ ਹੈ ਲੇਕਿਨ ਇਹ ਗੱਲ ਮੈਂ ਅੱਜ ਉਹਨਾਂ ਗੱਲਾਂ ਤੋਂ ਵੀ ਪੁੱਛਣਾ ਚਾਹਨਾ ਜਿਹੜੀਆਂ ਗੱਲਾਂ ਸਾਡੇ ਨਾਲ ਹੋਈਆਂ ਸਾਾਨੂੰ ਹਕੂਮਤੀ ਮਸ਼ੀਨਰੀ ਬੜੀਆਂ ਤਸੱਲੀਆਂ ਦੇਂਦੀ ਸੀ ਅਸੀਂ ਇੱਕ ਇੱਕ ਗਲਤ ਦਾ ਹਿਸਾਬ ਲਵਾਂਗੇ ਹਿਸਾਬ ਤੇ ਨਹੀਂ ਲਿਆ ਪਰ ਆਪਣਾ ਹੀ ਹਿਸਾਬ ਪੂਰਾ ਕਰਕੇ ਮੁਲਜ਼ਮ ਛੱਡ ਦਿੱਤੇ ਨੇ ਇਹ ਅਫਸੋਸ ਦਾ ਮਕਾਮ ਹੈ ਇਹ ਬੜੇ ਵੱਡੇ ਅਫਸੋਸ ਦਾ ਮਕਾਮ ਹੈ ਕਿ ਤੁਸੀਂ ਹਰ ਇੱਕ ਗੱਲ ਆਪਣੇ ਵਿਹਾਰ ਦੇ ਤੇ ਸਭ ਕੁਝ ਕਰਕੇ ਸਾਨੂੰ ਇੱਕ ਸਾਈਡ ਤੇ ਕਰ ਦਿੰਦੇ ਹੋ ਮੈਂ ਮਸੀਹ ਰਾਨਮਾ ਆਪਣੇ ਜੇ ਮਸੀਹ ਰਾਨਮਾਨ ਵਿੱਚ ਜਿਹੜੇ ਲੰਗਰ ਮੰਡ ਦੇ ਪੈਣੇ ਜਿਹੜੇ ਲੰਗਰ ਵੰਡਦੇ ਪੈਣੇ ਤੇ ਉਹਨਾਂ ਲੋਕਾਂ ਦੀ ਮੁਖਾਲਫਤ ਕਰਦੇ ਪੈਣੇ ਜਿਹੜੇ ਇਸ ਕੇਸ ਨੂੰ ਲੈ ਕੇ ਤੁਰੇ ਨੇ ਜਿਹੜੇ ਇਸ ਮੁਕਦਮੇ ਨੂੰ ਲੈ ਕੇ ਤੁਰੇ ਹੋਏ ਨੇ ਲੰਗਰ ਵੰਡਣਾ ਬੰਦ ਕਰੋ ਤੇ ਕੁਝ ਟਾਈਮ ਇਸ ਕੇਸ ਉੱਤੇ ਵੀ ਲਾ ਲਵੋ ਮੈਂ ਉਹਨਾਂ ਮਸਬੀ ਇਰਾਨਮਾਵਾਦ ਨਾਲ ਵੀ ਮੁਖਾਤਬਾ ਜਿਹੜੇ ਸਭ ਅੱਛੇ ਦੀ ਰਿਪੋਰਟ ਦਿੰਦੇ ਪੈਣੇ ਸਭ ਅੱਛੇ ਦੀ ਰਿਪੋਰਟ ਦੇ ਰਹੇ ਹੋ ਲੇਕਿਨ ਇੱਕ ਗੱਲ ਯਾਦ ਰੱਖਣਾ ਅਗਰ ਤੁਸੀਂ ਬਾਈਬਲ ਮੁਕੱਦਸ ਨੂੰ ਪੜ੍ਹਦੇ ਹੋ ਤੇ ਅਸਰ ਦੀ ਉਸ ਕਹਾਣੀ ਨੂੰ ਯਾਦ ਰੱਖਣਾ ਤੁਸੀਂ ਪਤਾ ਨਹੀਂ ਕਿਹੜੀ ਖਾਮ ਖਿਆਲੀ ਦੇ ਵਿੱਚ ਪਏ ਹੋ ਤੇ ਸਭ ਅੱਛੇ ਦੀ ਰਿਪੋਰਟ ਦੇ ਕੇ ਤਸੱਲੀਆ ਦੇਦੇ ਪਏ ਹੋ ਉਹਨਾਂ ਲੋਕਾਂ ਦੀ ਮੁਖਾਲਫਤ ਕਰਦੇ ਪਏ ਹੋ ਮੈਂ सब अच्छे रिपोर्ट देने वाले हो मजहबी सियासी करो तो कुछ खुदा का खौफ खाओ लोगों का साथ दवो ता के सनिहा जड़ा वाला दे असल जड़े मुजरमान ने क्योंकि असं देखने चलो तुम दिते असि भी नहीं चाहते कि कोई कोई बेगुना ਇਸ ਕਰੇ ਦੇ ਵਿੱਚ ਆਵੇ ਲੇਕਿਨ ਅਸੀਂ ਇਹ ਵੀ ਪੁੱਛਣਾ ਚਾਹਦੇ ਆ ਫਿਰ ਦੱਸੋ ਜੇ ਤੁਸੀਂ ਇਹਨਾਂ ਨੂੰ ਛੱਡਦੇ ਪਿਓ ਤੇ ਫਿਰ ਅਸਲ ਮੁਜਰਮ ਕਿੱਥੇ ਬੈਠੇ ਨੇ ਪਤਾ ਤਾਂ ਤੁਹਾਨੂੰ ਸਾਰਾ ਹੀ ਹੈ ਜੇ ਸਾਰਾ 9 ਮਈ ਦੇ ਸਾਰੇ ਕੈਮਰੇ ਦੀ ਅੱਖ ਦੇ ਵਿੱਚ ਆ ਗਏ ਨੇ ਤੇ ਇਹ ਕਿੱਧਰ ਲੁਕੇ ਰਹੇ ਉਦੋਂ ਨਾਦਰਾ ਵੀ ਬੜਾ ਤੇਜ਼ ਹੋ ਗਿਆ ਅੱਜ ਨਾ ਤਾਂ ਵੀ ਚੁੱਪੇ ਅੱਜ ਨਾਦਰਾ ਵੀ ਚੁੱਪੇ ਹਕੂਮਤ ਦੀ ਮਸ਼ੀਨਰੀ ਵੀ ਚੁੱਪ ਗਈ ਏ ਕਿਉਂ ਕਿਉਂਕਿ ਇਹ ਮਸੀਹਾ ਨਾਲ ਵਾਕਿਆ ਹੋਇਆ ਇਸ ਤੋਂ ਚੁੱਪੇ ਅਫਸੋਸ ਅਫਸੋਸ ਕਿ ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਉਦੋਂ ਦੇ ਕੈਮਰੇ ਵੀ ਖੁੱਲੇ ਸਨ ਅੱਜ ਸਾਡੇ ਲਈ ਕੈਮਰੇ ਵੀ ਬੰਦ ਹੋ ਚੁੱਕੇ ਨੇ ਸ਼ਾਇਦ ਕੈਮਰੇ ਵੀ ਝੂਠੇ ਹੋ ਗਏ ਨੇ ਉਹ ਲੋਕਾਂ ਦੀਆਂ ਅੱਖਾਂ ਵੀ ਝੂਠੀਆਂ ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਉਹਨਾਂ ਮੁਰਜ਼ੂਮਾਂ ਨੂੰ ਤੇ ਮੁਲਜ਼ਮਾਂ ਨੂੰ ਲੁੱਟਦਿਆਂ ਸਾੜਦਿਆਂ ਤੇ ਜ਼ੁਲਮ ਕਰਦਿਆਂ ਵੇਖਿਆ ਅੱਜ ਕੈਮਰੇ ਵੀ ਝੂਠੇ ਹੋ ਚੁੱਕੇ ਨੇ ਹਰ ਰਿਪੋਰਟ ਵੀ ਗਲਤ ਹੁੰਦੀ ਜਾਂਦੀ ਪਈ ਹੈ ਕੁਝ ਖਿਆਲ ਕਰੋ ਕੁਝ ਖਿਆਲ ਕਰੋ ਤਾਂ ਕਿ ਅਸੀਂ ਪਾਕਿਸਤਾਨ 'ਚ ਰਹਿ ਕੇ ਆਪਣੇ ਤੇ ਪਾਕਿਸਤਾਨੀ ਹੋਣ ਦਾ ਫਖਰ ਕਰੀਏ ਕਿ ਸਾਡੇ ਲਈ ਸਾਡੀਆਂ ਅਦਾਲਤਾਂ ਉਹ ਵੀ ਬੁਲੰਦ ਰੇ ਸਾਡੇ ਲਈ ਸਾਡੀ ਪੁਲਿਸ ਵੀ ਬੁਲੰਦ ਹੈ ਸਾਡੇ तमाम ਉਹ ਕਰਦਾਰ ਜਿਹੜੇ ਹਰ ਸਾਨਿਹਦ ਉਤੇ ਖਮੋਸ਼ ਰਹਿੰਦੇ ਨੇ ਅੱਜ ਇਹ ਸਾਨਿਹਲੀ ਉਹ بلند ਬਾਲਾ ਨੇ ਲੇਕਿਨ ਇੰਜ ਹੋ ਜਾਵੇ ਤੇ ਬੜੀ ਖੁਸ਼ੀ ਦੀ ਗੱਲ ਏ ਤੇ ਜੇ ਇੰਜ ਨਾ ਹੋਇਆ ਤੇ ਫਿਰ ਸਾਡੀਆਂ ਅੱਖਾਂ ਤੇ ਮੂੰਹ ਹਮੇਸ਼ਾ ਅਫਸੋਸ ਕਰਦੇ ਰਹਿਣਗੇ ਸਾਨੂੰ ਮੌਕਾ ਦੇਵੋ ਕਿ ਅਸੀਂ ਤੁਹਾਡੇ ਤੇ ਫਖਰ ਕਰੀਏ ਕਿ ਵੀ ਸਾਡੇ ਮੁਲਕ ਚ ਸਾਡੇ ਨਾਲ ਅੱਛਾ سلوਕ ਹੋ ਕਰਨ ਲਈ ਤੇ ਹੋਣ ਲਈ ਅਦਾਲਤਾਂ ਵੀ ਤਿਆਰ ਤੇ ਹਕੂਮਤ ਤੇ तमाम ਨਮਾਇਦੇ ਵੀ ਤਿਆਰ ਨੇ ਜੇ ਇੰਜ ਹੋਏਗਾ ਅਸੀਂ ਵੀ ਬੜੀ ਖੁਸ਼ੀ ਦੀ ਲਹਿਰ ਆਪਣੇ ਵੱਲ ਵੇਖਾਂਗੇ ਮੈਂ ਅੱਜ ਆਪਣੀ ਇਸ ਗੱਲ ਦੇ ਨਾਲ ਆਪਣੇ ਪ੍ਰੋਗਰਾਮ ਦਾ ਇਖਤਤਾਮ ਕਰਨਾ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ ਲੈ ਕੇ ਤੇ ਆਖਣਾ ਵਾ ਪਾਕਿਸਤਾਨ ਜ਼ਿੰਦਾਬਾਦ ਜੈ ਮਸੀਹ